खेती पत्ती तो भाई निकल के गन्ने के जूस वाला जिहड़ा कम कार है ये किवें मन च आया भाई? मैनू बड़िया ने पहला आके भी सिद्धू के नाम से रख ला, गोप के नाम रख ला, मैं भी नहीं आप जो करना आपके दम से करना है। सिद्धू होर बहुत ने, बहुत ने। ਜੇ ਆਪਾਂ ਪਾਈਨਐਪਲ ਲਾ ਲਓ, ਮੌਸਮੀ ਲਾ ਲਓ, ਉਹਦੇ ਲਈ ਕੀ ਕਰਦੇ ਨੇ ਆਮ ਕੌਰਨ ਵਾਲੇ, ਖੰਡ ਦੀ ਚਾਣੀ ਬਣਾ ਕੇ ਰੱਖਦੇ ਨੇ, ਉਹ ਯੂਜ਼ ਕਰਦੇ ਨੇ ਉਹਨੂੰ ਮਿੱਠਾਪਣ ਦੇਣ ਦੀ ਖਾਤਰ। ਆਪਣੇ ਕੋਲ ਨੈਚੁਰਲ ਚੀਜ਼ ਹੈ, ਆਪਾਂ ਉਹਨੂੰ ਮਿਠਾਸ ਦੇਣ ਦੀ ਖਾਤਰ ਗੰਨੇ ਦਾ ਜੂਸ ਯੂਜ਼ ਕਰਦੇ ਹਾਂ। ਉਹ ਵੀ ਕਿਉਂ ਇਹਦੇ ਨਸ਼ਾ ਹੈ? ਹੁਣ ਦਾਰੂ ਦੀ ਬੋਤਲ ਤੇ ਵੀ ਲਿਖਿਆ ਹੁੰਦਾ ਵੀ ਸਿਹਤ ਲਈ ਹਾਨੀਕਾਰਕ ਹੈ, ਸੜਦਾ ਤਾਂ ਉਹਨੂੰ ਵੀ ਨਹੀਂ ਕੋਈ। ਬਿਲਕੁਲ ਪੰਜਾਬ ਤਾਂ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਮੈਂ ਸੁਖਵੀਰ ਸਿੰਘ ਖੜਿਆ ਤੁਹਾਡਾ ਸਵਾਗਤ ਕਰਦਾ। ਅੱਜ ਅਸੀਂ ਇੱਕ ਆਮ ਜਿਹੇ ਉੱਦਮੀ ਨੌਜਵਾਨ ਨੂੰ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਹਨੇ ਆਪਦੇ ਦਮ 'ਤੇ ਬਹੁਤ ਸੋਹਣਾ ਕੰਮ ਕਰਿਆ, ਜੋ ਨੌਜਵਾਨਾਂ ਲਈ ਮਿਸਾਲ ਹੈ, ਵੱਖਰਾ ਜਿਹਾ ਕੰਮ ਹੈ। ਬਾਈ ਨਾਲ ਗੱਲਬਾਤ ਕਰਾਂਗੇ, ਬਰਨਾਲਾ ਧਨੌਲਾ ਵਿਖੇ ਅਸੀਂ ਪਹੁੰਚੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਪਹਿਲਾਂ ਤਾਂ ਮੁਬਾਰਕ ਆ ਤੁਹਾਨੂੰ ਵੱਖਰੇ ਨਵੇਂ ਕੰਮ ਲਈ। ਧੰਨਵਾਦ ਜੀ। ਖੇਤੀ ਪੱਤੀ 'ਚੋਂ ਬਾਈ ਨਿਕਲ ਕੇ ਗੰਨੇ ਦੇ ਜੂਸ ਵਾਲਾ ਜਿਹੜਾ ਕੰਮ ਕਾਰ ਹੈ ਇਹ ਕਿਵੇਂ ਮਨ 'ਚ ਆਇਆ ਬਾਈ? ਅਸੀਂ ਪਹਿਲਾਂ ਤੋਂ ਵੀਰੇ ਗੰਨੇ ਦਾ ਕੰਮ ਕਰਦੇ ਹਾਂ, ਕਈ ਮਸਾਲਾ ਹੋ ਗਿਆ ਜੀ। ਪਹਿਲਾਂ ਤੋਂ ਪਰ ਅਸੀਂ ਗੰਨਾ ਧੂਰੀ ਮਿਲਣ ਨੂੰ ਦੇ ਰਹੇ ਸੀਗੇ। ਹੁਣ ਖੇਤੀ ਦੇ ਕੰਮ 'ਚ ਕੋਈ ਐਡਾ ਰਿਹਾ ਨਹੀਂ ਗਾ, ਪਹਿਲਾਂ ਅਸੀਂ ਵੀ ਕਾਫੀ ਵਾਹਨ ਮਤਲਬ 25-30 ਕਿੱਲੇ ਠੇਕੇ 'ਤੇ ਲੈ ਕੇ ਕਰਦੇ ਸੀਗੇ, ਪਰ ਉਹਦੇ ਨਾਲ ਕਹਾਣੀ ਉੱਥੇ ਦੀ ਉੱਥੇ ਖੜੀ ਸੀ, ਅੱਗੇ ਨਹੀਂ ਵਧੀ ਬਿਲਕੁਲ। ਪਰ ਹੁਣ ਜਦੋਂ ਆਹ ਮਿਲ ਨੂੰ ਗੰਨਾ ਦੇ ਰਹੇ ਸੀਗੇ, ਸੋਚਿਆ ਗਿਆ ਵੀ ਹੁਣ ਪ੍ਰਦੇਸੀ ਬੰਦੇ ਆਪਣੇ ਯੂਪੀ ਬਿਹਾਰ ਤੋਂ ਆ ਕੇ ਰੇਹੜੀ ਵਾਲੇ ਵੀ ਚੰਗੇ ਪੈਸੇ ਕਮਾ ਰਹੇ ਨੇ, ਹੈ ਨਾ? ਬਿਲਕੁਲ, ਕਿਉਂ ਨਾ ਆਪਾਂ ਕਰਿਆ ਜਾਵੇ। ਚਲੋ ਫਿਰ ਅਸੀਂ ਸੋਚਿਆ ਵੀ ਆਪਾਂ ਨੂੰ ਰੇਹੜੀ ਤਾਂ ਲਾ ਨਹੀਂ ਸਕਦੇ, ਫਿਰ ਅਸੀਂ ਆਪਦੇ ਹਿਸਾਬ ਦੇ ਨਾਲ ਚਲੋ ਆਹ ਟੈਂਪੂ ਗੱਡੀ ਲੈਤੀ, ਗੱਡੀ ਲੈ ਕੇ ਗੱਡੀ ਦੇ ਸਾਰਾ ਕੁਝ ਕਰਵਾਇਆ, ਸੈਟਅਪ ਕਰਵਾਇਆ, ਅਸੀਂ ਆਪਦੇ ਹਿਸਾਬ ਨਾਲ ਮੰਨ ਕੇ ਚੱਲ ਵੀ ਨਾ ਸਾਨੂੰ ਸ਼ਰਮ ਜੀ ਆਵੇ, ਚੱਲ ਵਧੀਆ ਲੱਗਿਆ, ਲੋਕ ਮਤਲਬ ਸਾਫ਼ ਸੁਥਰਾ ਕੰਮ ਹੋਇਆ, ਅਤੇ ਹੁਣ ਗੱਡੀ ਦੇ ਵਿੱਚ ਹੀ ਡੀਪ ਫ੍ਰਿਜ ਵਗੈਰਾ ਸਾਰਾ ਕੁਝ ਆਪਣਾ ਲਾਇਆ ਹੋਇਆ ਗੰਨੇ ਦਾ। ਗੰਨੇ ਦਾ ਕੰਮ ਪਹਿਲਾਂ ਵੀ ਕਰਦੇ ਹਾਂ, ਉਹ ਸਾਨੂੰ ਆਇਆ ਵੀ ਚੱਲ ਆਪਦਾ ਗੰਨਾ ਆਪ ਸੇਲ ਕੀਤਾ ਜਾਵੇ, ਆਪ ਸੇਲ ਕੀਤਾ ਜਾਵੇ। ਅਤੇ ਬਾਈ ਕਾ ਨਾਮ ਦੇਖ ਰਿਹਾ ਮੈਂ ਤੁਹਾਡਾ, ਮਾਲਿਕਾ ਜੂਸ ਬਾਰ, ਇਹ ਕੀ ਚੱਕਰ ਹੈ ਬਾਈ? ਇਹ ਮਾਲਿਕਾ ਨਾਮ ਵੀਰੇ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਲਾਣੇ ਹੁੰਦੇ ਨੇਗੇ, ਜਿਵੇਂ ਕੋਈ ਸੰਧੂਆਂ ਲਾਣਾ ਆ ਗਿਆ, ਕੋਈ ਕਿਸੇ ਦਾ ਆ ਗਿਆ, ਹੈ ਨਾ, ਐਂ ਲਾਣੇ ਜਿਹੇ ਹੁੰਦੇ ਨੇਗੇ। ਇਹ ਸਾਡਾ ਵੀ ਲਾਣਾ ਵੱਜਦਾ, ਅਸੀਂ ਮੰਨ ਕੇ ਚੱਲ ਤੁਹਾਡੇ ਬਾਪੂ ਨੇ 6 ਭਰਾ ਨੇਗੇ, ਠੀਕ ਹੈ। ਅਤੇ ਮੈਨੂੰ ਬੜਿਆਂ ਨੇ ਪਹਿਲਾਂ ਆ ਕੇ ਵੀ ਸਿੱਧੂ ਦੇ ਨਾਂ 'ਤੇ ਰੱਖ ਲਾ, ਗੋਪ ਦੇ ਨਾਂ ਰੱਖ ਲਾ, ਮੈਂ ਵੀ ਨਹੀਂ ਆਪਾਂ ਜੋ ਕਰਨਾ ਆਪਦੇ ਦਮ 'ਤੇ ਕਰਨਾ, ਸਿੱਧੂ ਹੋਰ ਬਹੁਤ ਨੇ, ਬਹੁਤ ਨੇ, ਬਿਲਕੁਲ ਹੋਰ ਬਹੁਤ ਨੇ, ਵੀ ਇਹ ਚੀਜ਼ ਹੈ ਨਹੀਂ ਗੀ ਵੀ, ਉਸ ਕਰਕੇ ਫਿਰ ਮੈਂ ਆਪਦਾ ਲਾਣੇ ਦੇ ਨਾਂ ਰੱਖਿਆ ਸੀਗਾ। ਆਪਾਂ ਬੱਚੇ ਦੇ ਵੀ ਨਾਂ 'ਤੇ ਰੱਖ ਸਕਦੇ ਵੀ ਨਹੀਂ, ਆਪਾਂ ਲਾਣੇ ਦੇ ਨਾਂ 'ਤੇ ਰੱਖਣਾ, ਆਪਦੀ ਵੱਖਰੀ ਪਹਿਚਾਣ ਬਣਾਉਣੀ ਹੈ ਬਾਈ। ਗੱਲ ਇੱਕ ਹੋਰ ਵੀ, ਜਿਵੇਂ ਹੁਣ ਕਰੇਜ਼ ਹੈ ਵੈਸੇ ਬਾਹਰ ਦਾ ਜ਼ਿਆਦਾ ਹੈ, ਤੁਸੀਂ ਵੀ ਮਲੇਸ਼ੀਆ ਵਗੈਰਾ ਜਾ ਕੇ ਆਏ? ਹਾਂਜੀ ਵੀਰੇ, 3 ਸਾਲ ਲਾਏ ਨੇ। ਕੀ ਗੱਲ ਬਾਈ, ਉੱਥੇ ਹੁਣ ਲੋਕ ਹੁਣ ਜਾ ਰਹੇ, ਤੁਸੀਂ ਪਹਿਲਾਂ ਜਾਏ, ਕਿਉਂ ਨਹੀਂ ਉੱਥੇ ਕਾਮਯਾਬੀ ਆਏ ਹੋਈ ਵੀਰੇ? ਕਾਮਯਾਬੀ ਵਾਲਾ ਤਾਂ ਹੁਣ ਆਇਆ, ਕਿਸੇ ਵੀ ਕੰਟਰੀ ਜਾਂਦੇ ਹਾਂ, ਚਲੋ ਜਾਂਦੇ ਹਾਂ, ਬਣਦੇ ਵੀ ਨੇ ਪੈਸੇ, ਹੈ ਨਾ, ਪਰ ਐਂ ਵੀ ਛੱਡਣ ਦਾ ਘਰ ਪੈਂਦਾ ਗਾ। ਬਿਲਕੁਲ, ਇਹ ਵੀ ਚੀਜ਼ 1 ਮਹੀਨੇ ਰੱਖਦੇ ਆ, ਜਿੰਨਾ ਚਿਰ ਬੰਦਾ ਵਿਆਹਿਆ ਨਹੀਂ ਗਾ, ਅਨਮੈਰਿਡ ਹੈ, ਉਦੋਂ ਤੱਕ ਕਿਤੇ ਬੰਦਾ ਤੁਰਿਆ ਫਿਰੇ ਘਰੋਂ ਬਾਹਰ, ਸਾਰਾ ਕੁਝ ਚੱਲ ਰਿਹਾ, ਪਰ ਜਦੋਂ ਮੈਰਿਜ ਵਗੈਰਾ ਹੋ ਜਾਂਦੇ, ਬੱਚੇ ਵਗੈਰਾ ਹੋ ਜਾਂਦੇ ਆ, ਫਿਰ ਇਹ ਚੀਜ਼ਾਂ ਥੋੜ੍ਹੇ ਸੋਚਣ ਨੂੰ ਮਜ਼ਬੂਰ ਕਰਦੇ ਨੇ ਨਾ, ਵੀ ਕੋਈ ਨਾ ਕੋਈ ਕੰਮ ਆਪਣਾ ਇੱਥੇ ਕਰਿਆ ਜਾਵੇ, ਕਰਿਆ ਜਾਵੇ, ਕੋਈ ਬਾਹਰ ਨਾਲੋਂ ਚੰਗਾ ਹੈਗਾ, ਬਸ ਫਿਰ ਆਪਦਾ ਕੰਮ ਇੱਥੇ ਕਰਿਆ। ਝੋਨੇ ਵਗੈਰਾ 'ਚ ਸੌਖਾ ਨਹੀਂ ਹੈਗਾ, ਥੋੜ੍ਹਾ ਜ਼ਿਆਦਾ ਵੀ ਇੱਕ ਵਾਰ ਝੋਨਾ ਲਾਇਆ, ਰੇਹ ਪਾਇਆ, ਬਸ 6-7 ਫਲੇਵਰ ਨੇ ਤੁਹਾਡੇ ਕੋਲੇ, ਤੇ ਤੁਹਾਡੇ ਵਾਲੇ 'ਚ ਕੀ ਖਾਸ ਹੈ ਵੀ ਤੁਹਾਡੇ ਕੋਲੇ ਕਹਿ ਲਈਏ ਜਾਂ ਸੰਨੀ ਕੋਲੇ ਕਿਉਂ ਆਵੇ ਕੋਈ ਗਾਹਕ? ਪਤਾ ਚੱਕਰ ਕੀ ਹੈ ਵੀਰੇ, ਜਿਵੇਂ ਹੁਣ ਗੰਨੇ ਦਾ ਜੂਸ ਤਾਂ ਤੁਸੀਂ ਆਮ ਹੀ ਚੱਲਦਾ ਗਾ, ਹਰੇਕ ਸ਼ਹਿਰ 'ਚ ਹਰੇਕ ਸੜਕ 'ਤੇ ਖੜੇ ਨੇ, ਬਿਲਕੁਲ, ਪਰ ਆਪਾਂ ਗੰਨੇ 'ਤੇ ਨਵੀਂ ਚੀਜ਼ ਦਿੱਤੀ ਆ, ਹੁਣ ਸਾਡੇ ਕੋਲ ਗੰਨੇ ਦੀ ਲਾ ਲਓ, ਮੈਂਗੋ, ਸਟ੍ਰੋਬੇਰੀ, ਚੋਕਲੇਟ, ਆਪਾਂ ਗੰਨੇ ਦੀ ਕੌਫੀ ਵੀ ਦੇ ਰਹੇ ਹਾਂ। ਅੱਛਾ, ਠੀਕ ਹੈ ਨਾ। ਹੁਣ ਜਿਵੇਂ ਆਮਲਾ ਗਾ, ਆਮਲਾ ਊਂ ਕੱਚਾ ਖਾਧਾ ਨਹੀਂ ਜਾਂਦਾ, ਬਿਲਕੁਲ, ਅਸੀਂ ਆਮਲੇ ਦੇ ਗਲਾਸ ਦੇ ਵਿੱਚ 6-7 ਆਮਲੇ ਦੇ ਮਤਲਬ ਆਮਲਾ ਪਾ ਕੇ ਬੰਦੇ ਨੂੰ ਜੂਸ ਦੇ ਦਿੰਦੇ ਹਾਂ, ਤਾਂ ਬਹਾਨੇ ਨਾਲ ਬੰਦਾ 6-7 ਆਮਲੇ ਖਾ ਲੈਂਦਾ, ਠੀਕ ਹੈ ਨਾ। ਨੰਬਰ 2 'ਤੇ ਜੇ ਆਪਾਂ ਪਾਈਨਐਪਲ ਲਾ ਲਓ, ਮੌਸਮੀ ਲਾ ਲਓ, ਉਹਦੇ ਲਈ ਕੀ ਕਰਦੇ ਨੇ ਆਮ ਕੌਰਨ ਵਾਲੇ, ਇੱਕ ਖੰਡ ਦੀ ਚਾਣੀ ਬਣਾ ਕੇ ਰੱਖਦੇ ਨੇ,
ਉਹ ਯੂਜ਼ ਕਰਦੇ ਨੇ ਉਹਨੂੰ ਮਿੱਠਾਪਣ ਦੇਣ ਦੀ ਖਾਤਰ। ਆਪਣੇ ਕੋਲ ਨੈਚੁਰਲ ਚੀਜ਼ ਹੈ, ਆਪਾਂ ਉਹਨੂੰ ਮਿੱਠਾਸ ਦੇਣ ਦੀ ਖਾਤਰ ਗੰਨੇ ਦਾ ਜੂਸ ਯੂਜ਼ ਕਰਦੇ ਹਾਂ। ਮਿੱਠਾਸ ਤੁਸੀਂ ਕਹਿਣ ਦਾ ਭਾਵ ਹੁਣ ਖੰਡ ਚੀਨੀ ਬਿਲਕੁਲ ਨਹੀਂ ਪਾਉਂਦੇ? ਨਹੀਂ, ਖੰਡ ਚੀਨੀ ਨਹੀਂ ਆਪਾਂ ਯੂਜ਼ ਕਰਦੇ। ਉਹਦੀ ਮਿੱਠਾਸ ਦੀ ਖਾਤਰ ਆਪਾਂ ਗੰਨੇ ਦਾ ਯੂਜ਼ ਕਰਦੇ ਹਾਂ, ਰਸ ਨੂੰ ਯੂਜ਼, ਗੰਨੇ ਦੇ ਰਸ ਨੂੰ ਵੀ ਯੂਜ਼ ਕਰਦੇ ਹਾਂ। ਤੁਹਾਡੇ ਕੋਲ ਆਪਦੀ ਖੇਤੀਬਾੜੀ ਕਿੰਨੀ ਕੁ ਭਾਈ? ਮੇਰੇ ਕੋਲ ਪਾਣ ਥੋੜਾ ਹੀ ਹੈ, 4 ਕਿੱਲੇ ਵਾਹਣ ਆਪਦੇ। ਉਹ ਚ ਫਿਰ ਕੋਈ ਸਬਜ਼ੀ ਭਾਜੀ ਕਰਦੇ ਜਾਂ ਸਾਰਾ ਗੰਨਾ ਹੀ ਲਾਇਆ ਜੀ? ਅੱਛਾ, ਮਤਲਬ ਉਹੀ ਗੰਨਾ ਤੁਸੀਂ ਨਾਲ ਦੀ ਨਾਲ ਇੱਥੇ? ਹਾਂ, ਇੱਥੇ ਕੋਟ ਹੋਈ ਜਾਂਦਾ ਜਿੰਨਾ ਕਿ ਨਿਕਲੂਗਾ ਇੱਧਰ ਕੱਢਾਂਗੇ। ਬਾਕੀ ਚਲੋ ਜੇ ਮੈਂ ਰੇੜੀਆਂ ਵਗੈਰਾ ਨੂੰ ਸੇਲ ਕਰਨਾ, ਉਹ ਜਲ ਐਂ ਮੇਲ ਵਾਲੇ ਰੇਟ ਨਾਲੋਂ ਜ਼ਿਆਦਾ ਹੋ ਜਾਂਦਾ ਹੈਗਾ। ਉਸ ਫੈਸਲਾ ਆਪਣੇ ਕੋਲ ਗੰਨੇ ਵਾਲੀ ਜੂਸ ਲਾਇਆ ਹੋਇਆ ਗੰਨਾ, ਉੱਧਰ ਰੇੜੀਆਂ ਰੂੜੀਆਂ ਵਾਲੇ ਨੂੰ ਸੇਲ ਕਰਾਂਗੇ। ਬਾਈ ਜਿਵੇਂ ਆਪਣੀ ਪਹਿਲਾਂ ਗੱਲ ਕਰ ਰਹੇ ਸੀ ਆਪਾਂ ਠੇਕੇ ਵਾਲੇ ਵਾਹਣ ਨੂੰ ਲੈ ਕੇ, ਤਕਰੀਬਨ ਮੈਨੂੰ ਲੱਗਦਾ ਵੀ ਸਭ ਲੋਕਾਂ ਨੂੰ ਪਤਾ ਹੈ ਵੀ ਠੇਕੇ ਵਾਲੇ ਵਾਹਣ ਤੋਂ ਕੁਛ ਨਹੀਂ ਬਚਦਾ, ਪਰ ਫਿਰ ਵੀ ਲੋਕ ਜੇ ਕਹਿ ਲਈ ਇੱਕ ਦੂਜੇ ਤੋਂ ਵੱਧ ਕੇ 75-75 ਹਜ਼ਾਰ ਨੂੰ ਕਿੱਲਾ, 78-78 ਹਜ਼ਾਰ ਨੂੰ ਕਿੱਲਾ, ਉਹ 'ਚੋਂ ਕਿਉਂ ਨਹੀਂ ਬਾਈ ਨਿਕਲਦੇ? ਦੱਸ ਦਿਓ ਕਿ ਪਤਾ ਸਭ ਨੂੰ ਵੀ ਘਾਟਾ ਪੈ ਰਿਹਾ ਉਹ ਬਾਈ ਕਿਉਂ? ਵੀਰੇ ਨਸ਼ਾ ਹੈ, ਹੁਣ ਦਾਰੂ ਦੀ ਬੋਤਲ 'ਤੇ ਵੀ ਲਿਖਿਆ ਹੁੰਦਾ ਵੀ ਸਿਹਤ ਲਈ ਹਾਨੀਕਾਰਕ ਹੈ, ਸੜਦਾ ਤਾਂ ਉਹਨੂੰ ਵੀ ਨਹੀਂ ਕੋਈ, ਬਿਲਕੁਲ। ਸੋ ਠੇਕੇ 'ਤੇ ਵਾਹਣ ਲੈਣਾ ਵੀ ਇੱਕ ਨਸ਼ਾ ਹੈ। ਤਕਰੀਬਨ ਹਰੇਕ ਬੰਦੇ ਨੂੰ ਪਤਾ ਵੀ ਆਪਾਂ ਨੂੰ ਕੱਖ ਨਹੀਂ ਬਚਦਾ ਇਹੋ, ਪਰ ਲੈ ਫਿਰ ਵੀ ਲੈ ਰਿਹਾ ਹੈਗਾ। 100-100 ਬਿਘਾ ਲਈਆਂ, 100-100 ਕਿੱਲਾ ਵੀ ਲੋਕ ਠੇਕੇ 'ਤੇ ਰਹਿ ਰਹੇ ਨੇ, ਕੋਈ ਵੀ ਨਸ਼ਾ ਹੈ। ਕਿਤੇ ਇੱਕ ਲਾਲਚ ਬਣਿਆ ਪਿਆ ਲੋਕਾਂ ਨੂੰ, ਬਸ ਐਂ ਮੰਡੀ ਜਦੋਂ ਵੱਢਦੇ ਆ, ਕਟਾਈ ਕਰਦੇ ਆ, ਕਪੈਨ ਕਪੂਨ ਚੱਲਦੀ ਆ, ਉਦੋਂ ਅੱਲਾ ਸ਼ੇਰੀ ਜੀ ਹੋ ਜਾਂਦੀ ਆ, ਮੰਡੀ 'ਚ ਵੱਡੀ ਢੇਰੀ ਲਾ ਕੇ ਜਾਂਦੇ ਤੇ ਮੰਜਾ ਡਾ ਕੇ ਬੈਠਣ ਵਾਲਾ, ਬਸ ਉਹੀ ਇੱਕ ਉੱਥੇ ਜੇ। ਬਾਕੀ ਠੇਕੇ 'ਤੇ ਵਾਹਣ ਲੈਣ ਨਾਲ ਕੋਈ ਅੱਗੇ ਨਹੀਂ ਵਧਿਆ ਬਾਈ ਜੀ, ਪਿੱਛੇ ਹੀ ਜ਼ਰੂਰ ਲੋਕ ਗਏ ਨੇ, ਕੋਈ ਘਾਟੇ 'ਚ ਗਏ ਨੇ, ਪਰ ਐਂ ਵੀ ਬਚਦਾ ਐਂਡ 'ਤੇ ਜਾ ਕੇ ਬੰਦੇ ਨੂੰ ਉਹੀ ਹੈ ਜੇ ਬੰਦਾ ਠੇਕੇ ਦੇ ਪੈਸੇ ਸਿਰਫ ਠੇਕੇਦਾਰ ਨੂੰ ਦਿੰਦੇ ਆ, ਜਿਹੜੇ ਆਪਾਂ ਠੇਕੇ ਵਾਲੇ ਨੂੰ ਵਾਹਣ ਦੇ ਦੇ ਵਾਹ ਪੈਸੇ, ਐਂਡ 'ਤੇ ਜਾ ਕੇ ਜੇ ਆਪਾਂ ਵਾਹਣ ਛੱਡਦੇ ਤਾਂ ਉਹੀ ਪੈਸੇ ਬਚਦੇ ਆ, ਹੋਰ ਕੁਛ ਬਚਣ ਨੂੰ ਹੈ ਨਹੀਂ ਆਪਣੇ। ਬਾਈ ਫਿਰ ਵੈਸੇ ਵੀ ਜੇ ਆਪਾਂ ਦੇਖੀਏ ਨੌਜਵਾਨ ਅੱਜ ਕੱਲ੍ਹ ਨਸ਼ੇ ਬਥੇਰੇ ਕਰ ਰਹੇ ਨੇ, ਜੇ ਕਹਿੰਦੇ ਜਿੰਨਾ ਮਾਹੌਲ ਹੈ, ਸਰਕਾਰਾਂ ਦਾਰੇ ਕਰਦੀਆਂ ਨੇ, ਨੌਜਵਾਨੀ ਬਾਹਰ ਜਾ ਰਹੀ ਹੈ, ਤੁਹਾਡੇ ਹਿਸਾਬ ਨਾਲ ਫਿਰ ਇੱਥੇ ਰਹਿ ਕੇ ਵੀ ਲੱਗਦਾ ਵੀ ਕੰਮ ਹੈਗਾ? ਇੱਥੇ ਬਹੁਤ ਕੁਛ ਹੈ, ਬਹੁਤ ਕੁਛ ਹੈ, ਕੀ ਨਹੀਂ ਹੈਗਾ ਜੇ ਬੰਦੇ ਕਰਨਾ ਚਾਹੇ ਤਾਂ ਸਾਰਾ ਕੁਛ ਹੈ। ਹੁਣ ਮੇਰਾ ਵੀ ਕਰਿਆ ਹੀ ਹੋਇਆ ਕੰਮ, ਬਿਲਕੁਲ ਸਾਨੂੰ ਕੰਮ ਦਾ ਨਸ਼ਾ। ਹੁਣ ਘਰੋਂ ਸਪੋਰਟ ਪੂਰੀ ਹੈ? ਫੁੱਲ ਸਪੋਰਟ ਹੈ ਵੀਰੇ, ਫੁੱਲ ਰਿਸਪੋਂਸ ਹੈ, ਚਾਚੇ ਤਾਇਆਂ ਦੀ ਫੁੱਲ ਰਿਸਪੋਂਸ ਹੈ, ਫੁੱਲ ਸਪੋਰਟ ਹੈ। ਨਹੀਂ ਆਮ ਘਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜੇ ਕਿਸੇ ਨੇ ਕੰਮ ਕਰ ਲਿਆ ਤਾਂ ਚਾਚੇ ਤਾਏ ਲੱਤਾਂ ਹੀ ਖਿੱਚੀ ਜਾਂਦੇ ਨੇ, ਬਿਲਕੁਲ ਆਪਾਂ ਨੂੰ ਚਾਚੇ ਤਾਇਆਂ ਦੀ ਫੁੱਲ ਸਪੋਰਟ ਹੈ ਵੀਰੇ। ਕੋਈ ਹਰੇਕ ਨੇ ਐਂ ਕਿਹਾ, ਰਿਸ਼ਤੇਦਾਰਾਂ ਨੇ ਵੀ ਕਿਸੇ ਨੇ ਆਪਾਂ ਨੂੰ ਉਹ ਨਹੀਂ ਕਰਿਆ ਵੀ ਤੂੰ ਮਾੜਾ ਕਰ ਲਿਆ ਜਾਂ ਗਲਤ ਕਰ ਲਿਆ, ਹਰੇਕ ਨੇ ਇਹੀ ਕਿਹਾ ਜੀ ਬਹੁਤ ਵਧੀਆ ਕਰਿਆ। ਬਾਈ ਇੱਕ ਹੋਰ ਵੀ ਗੱਲਬਾਤ ਹੈ, ਜ਼ਿਆਦਾਤਰ ਸੋਸ਼ਲ ਮੀਡੀਆ 'ਤੇ ਆਪਾਂ ਨਵੇਂ ਕੰਮ ਕਰਦੇ ਨੇ ਜਿਹੜੇ, ਚਾਹੇ ਪੜ੍ਹੇ ਲਿਖੇ ਕੋਈ MCA ਕੋਈ ਜਿਵੇਂ ਵੀ ਅਗਲੇ ਦੀ ਕੁਆਲੀਫਿਕੇਸ਼ਨ ਹੁੰਦੀ ਹੈ, ਜ਼ਿਆਦਾਤਰ ਚਾਂਪ ਵਗੈਰਾ ਬਰਗਰਾਂ ਦਾ ਜਾਂ ਗੋਲ ਗੱਪੇ ਦਾ, ਮਤਲਬ ਥੋੜ੍ਹੇ ਫਾਸਟ ਫੂਡ ਵਾਲੇ ਇੱਥੇ ਕੰਮ ਕਰਦੇ ਨੇ, ਤੁਸੀਂ ਵੱਖਰਾ ਜਿਹਾ ਕਨਸੈਪਟ ਚੁਣਿਆ ਬਾਈ? ਉਹ ਰਿਸਕ ਤਾਂ ਲੱਗਿਆ ਬਾਈ ਇੱਕ ਤਰ੍ਹਾਂ ਕਨਾ? ਚਲੋ ਰਿਸਕ ਤਾਂ ਚਲੋ ਹੁਣ ਆਇਆ, ਰਿਸਕ ਬਿਨਾਂ ਤਾਂ ਕੁਛ ਵੀ ਨਹੀਂ ਹੁੰਦਾ ਹੁਣ, ਹੈ ਨਾ, ਹਰੇਕ ਕੰਮ 'ਚ ਹੀ ਰਿਸਕ ਆ, ਖੇਤੀ ਕਰਦੇ ਉਹ 'ਚ ਵੀ ਰਿਸਕ ਆ, ਚਣਾ ਨੇ ਕਿਹਾ ਰਿਸਕ ਬਿਨਾਂ ਤਾਂ ਇਸ਼ਕ ਵੀ ਨਹੀਂ ਹੁੰਦਾ, ਐਂ ਵੀ ਚਲੋ ਆਪਦਾ ਕੰਮ ਹੈ, ਖੇਤੀ ਰਿਲੇਟਡ ਕੰਮ ਹੈ, ਆਪਦਾ ਗੰਨਾ ਲਾਉਂਦੇ ਪਹਿਲਾਂ ਮਿਲ ਨੂੰ ਸੇਲ ਕਰਦੇ ਸੀ, ਹੁਣ ਇੱਥੇ ਸੇਲ ਕਰਦੇ ਹਾਂ। ਸਵੇਰੇ ਕਿੰਨੇ ਵਜੇ ਆ ਜਾਣ ਇੱਥੇ? ਅਸੀਂ 10:30 ਵਜੇ ਤੋਂ ਲੈ ਕੇ ਸ਼ਾਮ ਦੇ 8:15-8 ਵਜੇ ਤੱਕ। ਕੀ ਲੱਗਦਾ ਬਈ ਲੋਕਾਂ ਦਾ ਜਿਹੜਾ ਰਿਸਪੋਂਸ ਹੈ ਆਉਣ ਜਾਣ ਵਾਲਿਆਂ ਦਾ, ਕਿੰਨਾ ਕੁ ਹੌਸਲਾ? ਬਹੁਤ ਵਧੀਆ ਰਿਸਪੋਂਸ ਹੈ ਜੀ, ਨੌਜਵਾਨਾਂ ਨੂੰ ਥੋੜ੍ਹਾ ਸੁਨੇਹਾ ਇੱਕ ਤੁਹਾਡੇ ਵੱਲੋਂ? ਕੰਮ ਕਰੋ ਜੀ, ਸਾਰਾ ਕੁਛ ਹੈ ਇੱਥੇ, ਕੋਈ ਜ਼ਰੂਰੀ ਨਹੀਂ, ਹਰੇਕ ਬੰਦਾ ਬਾਹਰ ਵੀ ਨਹੀਂ ਜਾ ਸਕਦਾ, ਬਿਲਕੁਲ ਉਹ ਵੀ ਆਪਦੀ ਹੈਸੀਅਤ ਦੇ ਹਿਸਾਬ ਨਾਲ ਜਾਂਦਾ, ਜਿਹਦੇ ਕੋਲ 4 ਪੈਸੇ ਹੁੰਦੇ ਉਹ ਬੰਦਾ ਚਲਿਆ ਜਾਂਦਾ, ਪਰ ਜਿਵੇਂ ਹੁਣ ਛੋਟਾ ਜ਼ਿਮੀਂਦਾਰ ਆ ਜਾਂ ਛੋਟਾ ਕੋਈ ਵੀ ਕਾਰੋਬਾਰ ਵਾਲਾ ਲਾ ਲਓ, ਉਹ ਨਹੀਂ ਜਾ ਸਕਦਾ, ਤਾਂ ਉਹ ਇੱਥੇ ਆਪਦਾ ਕਾਰੋਬਾਰ ਕਰ ਸਕਦਾ, ਮਾੜਾ ਸਾਥ ਦਿੰਦਾ, ਟਾਈਮ ਜ਼ਰੂਰ ਲੱਗਦਾ, 6-6 ਮਹੀਨੇ ਲੱਗਦੇ ਨੇ, ਪਰ ਕੰਮ ਸਾਰਾ ਸਾਰਾ ਕੁਝ ਚੱਲਦਾ। ਸ਼ੁਕਰੀਆ ਬਾਈ ਜੀ, ਤੁਸੀਂ ਕੀਮਤੀ ਸਮੇਂ ਟਾਈਮ ਦਿੱਤਾ, ਸੋ ਬਾਈ ਨਾਲ ਮਿਲ ਕੇ ਜਿਹੜੀ ਗੱਲਬਾਤ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਨੂੰ ਦੱਸਿਓ, ਆਉਣ ਵਾਲੇ ਟਾਈਮ 'ਚ ਆਪਾਂ ਕਿਸੇ ਹੋਰ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਂਗੇ, ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਜੀ, ਧੰਨਵਾਦ।